ਅਦਾਲਤ ਅਸੀਂ ਬਣਾਤੀ, ਬਲਕਾਰ ਦੀ ਮਾਂ ਉੱਥੇ ਬਰਮਾ ਕਾਰੋ ਸਾਡੀ ਮਾਤਾ 10-12 ਬੀਬੀਆਂ ਅੰਦਰ ਲੰਗਰ 'ਚ ਘੰਟੀ ਵਜਾਤੀ ਭਜਨ ਦੀ, ਅਤੇ ਬੀਬੀਆਂ ਵਾਲੇ ਪਾਸੇ ਗਿਆ, ਮੈਂ ਕਿਹਾ ਮਾਤਾ ਲੰਗਰ ਤਿਆਰ ਕਰਤਾ ਕਿ ਭਾਈ ਅਸੀਂ ਤਾਂ ਕੋਈ ਲੰਗਰ ਨਹੀਂ ਪਕਾਇਆ, ਅਤੇ ਮੈਂ ਘੰਟੀ ਤਾਂ ਵੱਜ ਗਈ, ਇੱਕ ਘੰਟੇ ਬਾਅਦ ਦੂਜੀ ਘੰਟੀ ਵੱਜਣੀ ਹੈ। ਫਿਰ ਫਟਾਫਟ ਦੋਨੇ ਤੰਦੂਰ ਤਪਾਏ, ਆਟਾ ਗੁੰਨਿਆ, ਦੋ ਤੰਦੂਰ ਬਰਾਬਰ ਬਰਾਬਰ ਤਪਾਏ, ਫਿਰ ਘੰਟੇ ਦੇ ਵਿੱਚ ਲੰਗਰ ਤਿਆਰ ਹੋਇਆ ਬਾਬੇ ਦੀ ਮਿਹਰ ਨਾਲ, ਪਸੀਨੋ ਪਸੀਨੀ ਭੱਜ ਭੱਜ ਕੇ। ਇੱਕ ਘੰਟੇ 'ਚ ਕੀ ਬਣਦਾ, ਅਤੇ ਬਾਬਾ ਜੀ ਦੀ ਮਿਹਰ ਸੀਗੀ। ਇੱਕ ਤੰਦੂਰ 'ਤੇ 350 ਰੋਟੀ ਲੱਗਦੀ ਸੀਗੀ, ਲਾਓ ਸਾਹਿਬ 350 ਰੋਟੀ, ਇੱਕ ਮਿੰਟ ਦੇ ਵਿੱਚ 5 ਪੇੜੇ ਹੁੰਦੇ ਸੀਗੇ, ਇੱਕ ਮਿੰਟ 'ਚ 5 ਪੇੜੇ, ਸਾਹਮਣੇ ਟਾਈਮ ਪੀਸ ਹੁੰਦਾ ਸੀਗਾ। ਹੁਣ ਇੱਕ ਮਿੰਟ 'ਚ 5 ਪੇੜੇ ਕੋਈ ਵੀ ਬੀਬੀ ਨਹੀਂ ਬਣਾ ਸਕਦੀ, ਕਿਤੇ ਜੋਰ ਲਾ ਲਓ ਭਾਵੇਂ। ਉਹ ਬਾਬਾ ਜੀ ਕਰਵਾਉਂਦੇ ਸੀ, ਉਹ ਇੱਕ ਮਿੰਟ 'ਚ 5 ਪੇੜੇ ਹੈ ਜੀ, ਹਾਂ। ਅਤੇ ਹੁਣ ਤਾਂ ਅਸੀਂ ਰਾਣੀ, ਹੁਣ ਤਾਂ ਕੁਛ ਨਹੀਂ ਕਰਦੇ, ਦੇਖੋ ਲੈ ਹੁਣ ਜਮਾਂ ਵਿਹਲੇ ਹਾਂ, ਕਿਉਂ ਮੈਂ ਤਾਂ ਸਹੀ ਗੱਲ ਹੈ ਨਾ, ਹਾਂ ਸਹੀ ਗੱਲ ਹੈ, ਦੇਖ ਲੈ ਹੁਣ ਤਾਂ ਆਲਸੀ ਹੋ ਗਏ ਸੀ ਬਹੁਤ ਜ਼ਿਆਦਾ, ਹੈਂ ਹੱਥੀਂ ਕਰਨਾ ਨਹੀਂ, ਪੱਕੇ ਪਕਾਈ ਪਾਲਦੇ ਹਾਂ। ਅਤੇ ਵਿਚਾਰੀਆਂ ਕੁੜੀਆਂ ਰਿੰਕੀ ਸ਼ਿੰਦੀ ਹੋ ਰਹੀਆਂ ਅਤੇ ਦੇਵਿੰਦਰ ਹੋ ਰਹੀਆਂ, ਅਤੇ ਸਾਰੀਆਂ ਕੁੜੀਆਂ ਰੋਟੀ ਰਾਟੀ ਫਟਾਫਟ ਬਣਾ ਲੈਂਦੀਆਂ ਨਾ, ਨਹੀਂ ਤਾਂ ਹੁਣ ਭੁੱਖੇ ਭਵੇਂ। ਇੱਥੇ ਮੈਂ ਤੰਦੂਰ ਲਾਇਆ ਹੁੰਦਾ ਸੀਗਾ ਅਤੇ ਲੰਘਦੇ ਦੇਖਦਾ ਸੀ, ਮੈਨੂੰ ਆਦਤ ਸੀ ਰੋਟੀ ਤਾਂ ਛਾਲਣ ਦੀ, ਤਾਂ ਛਾਲਿਆ ਕਰਦਾ ਸੀ ਰੋਟੀ ਹੈ ਜੀ, ਹਾਂ। ਅਤੇ ਇਹ ਅਮਰਜੀਤ ਹੋ ਰਹੀਆਂ ਅਤੇ ਖੜੀਆਂ ਅਤੇ 5-7 ਰੋਟੀਆਂ ਤਾਂ ਛਾਲੀਆਂ ਅਤੇ ਬੜੇ ਖੁਸ਼ ਹੋਏ ਜਵਾਕ। ਅਤੇ ਸੂਬੇਦਾਰ ਕਹਿੰਦਾ, ਇੱਥੇ ਰਹਿੰਦਾ ਸੀ ਨਾ, ਕਿ ਮੈਂ ਵਾਲੀਬਾਲ ਦਾ ਕਹਿੰਦਾ ਪਲੇਅਰ ਹਾਂ ਕਹਿੰਦਾ, ਮੈਂ ਕਿਹਾ ਰੋਟੀ ਕੈਚ ਕਰ ਲੈਣਾ ਕਹਿੰਦਾ ਹਾਂ, ਅਤੇ ਮੈਂ ਜਗਦੀ ਜਗਦੀ ਲੱਕੜਤਾ ਮਾਰੀ ਚਲਾ ਕੇ, ਅਤੇ ਇੱਥੇ ਸਿਰ 'ਚ ਪੈ ਗਈ ਅੱਗੋ ਗੋਦੇ, ਉਹ ਪੱਗਾਂ ਪਗਾਉਂਦੇ 'ਚ ਪੈ ਗਈ, ਮੈਂ ਰੋਟੀ ਕੈਚ ਨਹੀਂ ਹੁੰਦੀ ਸੀ, ਉਹ ਤੋਂ ਗਰਮ ਜ਼ਿਆਦਾ ਹੁੰਦੀ ਸੀਗੀ। ਇਹ ਇਸ ਤਰ੍ਹਾਂ ਸਾਨੂੰ 14 ਸਾਲ ਇੱਥੇ ਮਾਤਾ ਪਤਾ ਨਹੀਂ ਪਿਆ, ਆਰਾਮ ਨਾਲ ਟੱਪ ਗਏ ਕੀ ਨਾ ਭੋਲੋ, ਹਾਂ। ਉਹ ਇਹਨਾਂ ਦੇ ਕਿਤੇ ਛੋਟਾ ਜਿਹਾ ਕੁੱਤਾ ਸੀ ਨਾ, ਭੱਜ ਕੇ ਚੋਲੀਆਂ 'ਚ ਜਾ ਕੇ ਬਹਿ ਜਾਂਦਾ ਸੀਗਾ। ਮੈਂ ਭੋਲੋ ਨੂੰ ਆਖਿਆ, ਭੋਲੋ ਅੱਜ ਭਾਈ ਬੁੱਧਵਾਰ ਹੈ, ਇਹਨੂੰ ਕੇਸੀ ਨਵਾ ਦੇ ਤੂੰ, ਮੈਂ ਕਿਹਾ ਉਹ ਤਾਂ ਇਤਨਾ ਹੱਸੀ, ਮੈਂ ਕਿਹਾ ਇਹਨੂੰ ਕੇਸੀ ਨਵਾ ਅੱਜ ਵਿਚਾਰੇ ਨੂੰ, ਮੈਂ ਕਿਹਾ ਤੇਰੀ ਝੋਲੀਆਂ 'ਚ ਬੈਠ ਕੇ ਆ ਕੇ, ਮੈਂ ਕਿਹਾ ਜਣੇ ਅੱਜ ਵੀਰਵਾਰ ਹੈ, ਮੈਂ ਨਹਾਉਣ ਲੱਗਿਆ ਇੱਥੇ, ਅਤੇ ਪ੍ਰੀਤੀ ਕਹਿੰਦੀ ਬਾਬਾ ਜੀ ਕੀ ਕਰਦੇ ਹੋ, ਮੈਂ ਤਾਂ ਅੱਜ ਨਹਾਉਣਾ ਕੇਸੀ, ਕਹਿੰਦੇ ਬਾਬਾ ਜੀ ਕੇਸੀ ਤਾਂ ਫਿਰ ਵੀਰਵਾਰ ਨੂੰ ਨਹਾਉਂਦੇ ਨਹੀਂ ਹੁੰਦੇ ਗੇ, ਮੈਂ ਕਿਹਾ ਅਸੀਂ ਵੀਰਵਾਰ ਨੂੰ ਨਹਾਉਂਦੇ ਹੁੰਦੇ, ਮੈਂ ਸਾਡਾ ਪੁੱਠਾ ਹੀ ਕੰਮ ਚੱਲਦਾ ਕਿ ਵੀਰਵਾਰ ਨੂੰ ਮਾੜਾ ਹੁੰਦਾ, ਨਹੀਂ ਮੈਂ ਕਿਹਾ ਚੰਗਾ ਹੁੰਦਾ। ਜਵਾਕ ਵਿਚਾਰੇ ਛੋਟੇ ਛੋਟੇ ਇੱਥੇ ਆਉਣੇ, ਗਿਆਨੀ ਗੁਰਲਾਲ, ਗੁਰਲਾਲ ਤਾਂ ਇੱਥੇ ਇਹਨਾਂ ਤੋਂ ਬਾਅਦ 'ਚ ਜਨਮ ਹੋਇਆ ਕਾਫੀ, ਜਦੋਂ ਜਨਮ ਹੋਣਾ ਸੀ ਮੈਨੂੰ ਪਤਾ, ਟਰੈਕਟਰ ਟਰਾਲੀ 'ਤੇ ਦਵਿੰਦਰ ਨੂੰ ਪਧੀਆ ਲੈ ਕੇ ਗਏ ਸੀਗੇ, ਅਤੇ ਉਹ ਛੋਟੀ ਜਿਹੜੀ ਸੀਗੀ ਕੁੜੀ, ਕਿ ਨਾ ਛੋਟੀ ਦਾ ਕੀ ਨਾਂ ਸੀ, ਰੋਜੀ, ਉਹ ਵੀ ਚਾਲੇ ਪਤੀਲੇ 'ਚ ਡਿੱਗ ਪਈ ਸੀ ਵਿਚਾਰੀ। ਛੋਟੇ ਛੋਟੇ ਜਵਾਕ ਦੇਖੋ, ਜਦੋਂ ਮੈਂ ਪਹਿਲੀ ਵਾਰ ਝਾਲੇ 'ਚ ਗਿਆ ਨਾ ਤੁਹਾਡੇ, ਅਤੇ ਵਿੱਕੀ ਆ ਝਾਲੇ 'ਚੋਂ ਰੁੜਦਾ ਆਵੇ, ਛੋਟਾ ਜਿਹਾ ਸੀਗਾ ਉਦੋਂ, ਇੱਧਰ ਛੋਟੇ ਚੂ ਝਾਲੇ ਹੁੰਦੇ ਸੀਗੇ, ਹਾਂਜੀ ਹਾਂਜੀ, ਹਾਂ ਐਡੇ ਐਡੇ ਨਾ ਪਿਲਕਰੇ ਹੋ ਗਏ ਸੀ ਵਿਚਾਰੇ ਜੀ,
ਉਸ ਦਿਨ ਪਹਿਲੀ ਵਾਰ ਇਹਨਾਂ ਨੇ ਮੈਨੂੰ ਨਾ ਉਹ ਤੁਸੀਂ ਬਣਾਏ ਸੀ ਘਰੇ ਉਹ ਚੌਲਾਂ ਦੇ ਹੁੰਦੇ ਨਾ ਕੀ ਹੁੰਦੇ ਨੇ ਜੀ ਉਹ ਤੇਲ 'ਚ ਤਲੇ ਸੀਗੇ ਪੋਲੇ ਪੋਲੇ ਹੁੰਦੇ ਚੌਲਾਂ 'ਚ ਤਲ ਆਉਂਦੇ ਨੇ ਬਣ ਕੇ ਪਿੰਨੀਆਂ ਨਹੀਂ ਉਹ ਨਮਕੀਨ ਜਿਹੇ ਹੁੰਦੇ ਨੇ ਉਹ ਖਵਾਏ ਸੀ ਇਹਨਾਂ ਨੇ ਮੈਨੂੰ ਪਹਿਲੇ ਦਿਨ ਉੱਧਰ ਹਾਂਜੀ ਇਹ ਕਿਹੜਾ ਹੈ ਬਾਈ ਸਾਹਮਣੇ ਅੱਛਾ ਅੱਛਾ ਉਹ ਸੁਣਾ ਵੀ ਇਹ ਛੋਟੇ ਵਾਲਾ ਕਿ ਵੱਡੇ ਵਾਲਾ ਉਹ ਵਾਹ ਬਾਈ ਵਾਹ ਇਹ ਉੱਥੇ ਜੰਗਲੇ 'ਤੇ ਚੜ੍ਹ ਕੇ ਐਂ ਬੋਲਦਾ ਹੁੰਦਾ ਬੋਲ ਮਾਰਦਾ ਹੁੰਦਾ ਸੀਗਾ ਯਾਦ ਹੈ ਨਾ ਵਾਹ ਜੀ ਵਾਹ ਕਿਹੜਾ ਭੋਲੇ ਦਾ ਅੱਛਾ 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 ਭੋਲਾ ਅੱਛਾ 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 ਵਾਹ ਬਾਈ ਵਾਹ ਦੇਖ ਲਓ ਵੀ ਅਸੀਂ ਪਹਿਲਾਂ ਉੱਧਰ ਉਹਨਾਂ ਨੂੰ ਭੁੱਲ ਗਏ ਸੀਗੇ ਹੁਣ ਹੌਲੀ ਹੌਲੀ ਇੱਧਰ ਵੀ ਭੁੱਲ ਗਏ ਹਾਂਜੀ ਸੁਣ ਮਾਤਮਾ ਵਿਚਾਰੇ ਦੇਖੋ ਪਹਿਲੀ ਵਾਰ ਕਿੰਨੇ 'ਚ ਤੋਂ 98 'ਚ ਆਇਆ ਸੀਗਾ ਇਹ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਜੇ ਦੂਜਾ ਕਿੱਧਰ ਗਿਆ ਸਤਿਗੁਰੂ ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊਂ ਮੈਂ ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊਂ ਮੈਂ ਅਬ ਸੁਨਤਾ ਮੇਰੀ ਕੌਣ ਹੈ ਕਿਸੇ ਸੁਣਾਊਂ ਮੈਂ ਸਤਿਗੁਰੂ ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊਂ ਮੈਂ ਅਬ ਸੁਨਤਾ ਮੇਰੀ ਕੌਣ ਹੈ ਕਿਸੇ ਸੁਣਾਊਂ ਮੈਂ ਇੱਧਰ ਅੱਗੇ ਆ ਜਾਓ ਆ ਜਾ ਕਹਿੰਦੀ ਰਾਜਾ ਹੈ ਜਬ ਸੇ ਯਾਦ ਭੁਲਾਈ ਤੇਰੀ ਲੱਖੋਂ ਕਸ਼ਟ ਉਠਾਏ ਹੈ ਕਿਆ ਜਾਣੂ ਮੈਂ ਇਸ ਜੀਵਨ ਮੈਂ ਕਿਤੇ ਪਾਪ ਕਮਾਏ ਹੈ ਨਾ ਕਿਆ ਜਾਣੂ ਮੈਂ ਇਸ ਜੀਵਨ ਮੈਂ ਕਿਤਨੇ ਪਾਪ ਕਮਾਏ ਹੈ ਹੂੰ ਸ਼ਰਮਿੰਦਾ ਆਪ ਸੇ ਕਿਆ ਬਤਲਾਊਂ ਮੈਂ ਹੂੰ ਸ਼ਰਮਿੰਦਾ ਆਪ ਸੇ ਕਿਆ ਬਤਲਾਊਂ ਮੈਂ ਸਤਿਗੁਰੂ ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊਂ ਮੈਂ ਅਬ ਸੁਨਤਾ ਮੇਰੀ ਕੌਣ ਹੈ ਕਿਸੇ ਸੁਣਾਊਂ ਮੈਂ ਸਤਿਗੁਰੂ ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊਂ ਮੈਂ ਸੁਨਤਾ ਮੇਰੀ ਕੌਣ ਹੈ ਕਿਸੇ ਸੁਣਾਊਂ ਮੈਂ ਮੇਰੇ ਪਾਪ ਕਰਮ ਹੀ ਤੁਝਸੇ ਪ੍ਰੀਤ ਨ ਕਰਨੇ ਦੇਤੇ ਹੈਂ ਮੇਰੇ ਪਾਪ ਕਰਮ ਹੀ ਤੁਝਸੇ ਪ੍ਰੀਤ ਨ ਕਰਨੇ ਦੇਤੇ ਹੈਂ ਕਭੀ ਜੋ ਚਾਹੂੰ ਮਿਲੂੰ ਆਪਸੇ ਰੋਗ ਮੁਝੇ ਯੇ ਲੇਤੇ ਹੈਂ ਕਭੀ ਜੋ ਚਾਹੂੰ ਮਿਲੂੰ ਆਪਸੇ
रोग मुझे ये लेते हैं, कैसे सतगुरु आपके दर्शन पाऊं मैं, कैसे सतगुरु आपके दर्शन पाऊं मैं, सतगुरु तेरे दर को छोड़ के किस दर जाऊं मैं, अब सुनता मेरी कौन है किसे सुनाऊं मैं। ਕਨੇਡੇ ਵਾਲੇ ਇੱਥੇ ਆਓ ਭਾਈ, ਇਹਦਾ ਵਿਚਾਰੇ ਕਿੰਨਾ ਇਹਦੇ ਇੱਥੇ ਥਾਂ ਹੈਗਾ, ਅੱਗੇ ਇੱਧਰ ਆ ਜਾਓ, ਇੱਧਰ ਆਓ ਬਾਈ, ਆ ਥਾਂ ਹੈਗਾ ਬੀਬੀਆਂ ਕੋਲ, ਇੱਧਰ ਆ ਜਾਓ, ਇਹ ਵਿਚਾਰੇ ਛੋਟੇ ਛੋਟੇ ਜਵਾਕ ਬਾਈ ਕਿੰਨੇ ਸਾਲਾਂ ਤੋਂ ਆਏ ਹੈ ਇੱਥੇ, ਅੱਗੇ ਆ ਇੱਧਰ ਆ ਜਾਓ, ਇਹਨਾਂ ਦੇ ਵੀ ਕੁੜੀਆਂ ਦੇ ਮੇਰੇ ਕੋਲ ਫੋਨ ਬਹੁਤ ਆਉਂਦੇ ਆ ਵਿਚਾਰੇ ਜਵਾਕ ਬੱਚਿਆਂ ਦੇ, ਬਹਿ ਜਾਓ ਇੱਥੇ, ਇੱਧਰ ਆ ਜਾਓ ਇੱਥੇ ਬੀਬੀਆਂ ਕੋਲ, ਇਹਨਾਂ ਸਾਰੇ ਪਰਿਵਾਰ ਦਾ ਇਹਨਾਂ ਦਾ ਵਿਚਾਰਿਆਂ ਦਾ ਬਾਈ, ਕੈਨੇਡੇ ਵਾਲਿਆਂ ਦਾ ਬਹੁਤ ਫੋਨ ਆਉਂਦਾ ਸਾਡੇ ਕੋਲ, ਵਿਚਾਰੇ ਸਾਰੀ ਸੰਗਤ ਦਾ ਬੜਾ ਪਿਆਰ ਹੈ। ਹਾਂਜੀ ਇੱਕ ਸੰਦੋਖ ਜੀ ਇੰਗਲੈਂਡ ਤੋਂ ਆਇਆ ਜੀ, ਉਹਦਾ ਨਾਂ ਸੀਗਾ ਰਾਮ ਛਕਮਾਰ ਵਾਲੇ ਬਾਬਾ ਜੀ ਦੇ ਟਾਈਮ, ਅਤੇ ਉਹ ਵਿਨੋਦ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ, ਅਤੇ ਇੱਕ ਉਹਦਾ ਦੋਸਤ ਸੀਗਾ ਪਾਕਿਸਤਾਨ ਤੋਂ, ਉਹ ਪਾਕਿਸਤਾਨ ਦਾ, ਉਹਨਾਂ ਨੇ ਕਿਤਾਬਾਂ ਕਤੂਬਾਂ ਦਿੱਤੀਆਂ, ਉਹ ਪਹਿਲੇ ਇਹਨਾਂ ਮੁਸਲਮਾਨਾਂ ਦੇ ਸਾਰਾ ਕੁਛ ਕਰਦੇ ਆ ਖਾਂਦੇ ਪੀਂਦੇ, ਉਹ ਕਿਤਾਬਾਂ ਪੜ੍ਹ ਕੇ ਖਾਣਾ ਛੱਡਤਾ ਉਸਨੇ, ਜਮਾਂ ਬਿਲਕੁਲ ਸਹੀ ਹੋ ਗਿਆ। ਹਾਂਜੀ ਛੱਡਤਾ ਤਾਂ ਉਹ ਡੇਰੇ 'ਚ ਆਇਆ, ਉਹਦਾ ਨਾਂ ਸੀ ਰਾਮ, ਨਹਿਰ 'ਤੇ ਨਹਾਉਣ ਗਿਆ, ਕਹਿੰਦੇ ਯਾਰ ਬੜਾ ਪਾਣੀ ਵਧੀਆ, ਕਹਿੰਦੇ ਯਾਰ ਕਮਾਲ ਹੈ, ਫਿਰ ਉਹਨੇ ਉਹ ਕੁੜਕਾ ਦੇਖਿਆ ਚਲਾਉਂਦਾ, ਕਹਿੰਦੇ ਇਹ ਤਾਂ ਨਵੀਂ ਮਸ਼ੀਨਰੀ ਹੈ। ਅੱਛਾ ਉਹ 'ਤੇ ਚੜ੍ਹ ਕੇ ਪਿਪਲੀ ਵਾਲੇ ਅੱਡੇ ਤਿਕਰ ਗਿਆ ਸੰਤੋਖ ਜੀ, ਅਸੀਂ ਨਾਲ, ਅਤੇ ਮਾਇਆ ਦੇ ਘਰ ਆਏ ਤਾਂ ਉੱਥੇ ਬੱਕਰੀ ਸੂਈ ਸੀਗੀ, ਛੋਟੇ ਛੋਟੇ ਮੇਮਣੇ ਹੱਥ ਫੇਰੇ, ਕਹਿੰਦੇ ਜੀ ਕਮਾਲ ਹੈ, ਇਹ ਤਾਂ ਤੇਲ ਕਾਹਦਾ ਲਾਇਆ ਮੇਮਣੇ 'ਤੇ, ਕਹਿੰਦਾ ਬੱਚੇ 'ਤੇ, ਉਹ ਤਾਂ ਵੈਸੇ ਉਹਨਾਂ ਦੇ ਵਾਲ ਮੁਲਾਇਮ ਸੀਗੇ, ਇਤਨਾ ਖੁਸ਼ ਹੋਇਆ। ਫਿਰ ਬਾਬਾ ਜੀ ਕੋਲ ਰਿਹਾ, ਦੋ ਦਿਨ ਰਿਹਾ ਵਿਚਾਰਾ, ਬਾਬਾ ਜੀ ਕਹਿੰਦੇ ਵੀ ਲੰਗਰ ਪਾਣ ਦਾ ਧਿਆਨ ਰੱਖੀ, ਫਿਰ ਉਹਦਾ ਬੰਦਾ ਬੜਾ ਠੀਕ ਸੀਗਾ, ਉਹ ਸ਼ਾਇਦ ਤੁਸੀਂ ਉਹਨੂੰ ਜਾਣਦੇ ਹੋਵੋਗੇ ਸ਼ਾਇਦ। ਅੱਛਾ ਦੱਸਦਾ ਸੀ ਨਾ, ਅਤੇ ਦੇਖੋ ਜਿਹੜਾ ਉੱਥੇ ਇੱਕ ਵਾਰੀ ਜਾ ਵੜਦਾ ਸੀ, ਅਤੇ ਉਹ ਮਾਰਸ਼ਲੋ ਅਮਰੀਕਾ ਤੋਂ ਆਇਆ ਪਹਿਲੀ ਵਾਰ ਦਿੱਲੀ, ਅਤੇ ਮੈਨੇਜਰ ਸਾਹਿਬ ਜੀ ਨੇ ਜਗਮਾਰ ਵਾਲੀ ਭੇਜਤਾ, ਹੁਣ ਅੰਗਰੇਜ਼ੀ ਬੋਲਣ ਵਾਲਾ ਕੌਣ ਆ ਉੱਥੇ, ਚੌਧਰੀ ਗੰਗਾਨਗਰ ਵਾਲਾ ਨਾਲ ਆਇਆ, ਉੱਤੇ 32 ਨੰਬਰ ਕਮਰਾ ਦਿੱਤਾ, ਅਤੇ ਸੁੱਤਾ ਪਿਆ ਰਾਤ ਨੂੰ, ਅਤੇ ਚੂਹੇ ਨੇ ਆ ਕੇ ਉਹਦੇ ਕੰਨ 'ਤੇ ਦੰਦੀ ਵੱਢ ਲਈ ਅਮਰੀਕਾ ਵਾਲੇ ਦੇ, ਹੁਣ ਪੋਲਾ ਜਿਹਾ ਕੰਨ ਸੀ ਅਤੇ ਉਹਦਾ ਲਹੂ ਲਵਾਣ ਕਰਤਾ, ਤਾਂ ਬਾਈ ਜ਼ੋਰ ਜ਼ੋਰ ਦੀ ਰੋਵੇ, ਚੀਕਾ ਮਾਰੇ ਜ਼ੋਰ ਜ਼ੋਰ ਦੀ, ਵੀ ਪਤਾ ਨਹੀਂ ਜਾਨਵਰ 'ਚ ਕਿੰਨਾ ਕੁ ਜ਼ਹਿਰ ਹੈ, ਹੁਣ ਸਾਡੀ ਬੋਲੀ ਨਾ ਸਮਝੇ ਉਹ, ਅਸੀਂ ਬੜਾ ਬਿਰਾਈਏ। ਉਹ ਚੌਧਰੀ ਨੇ ਸਮਝਾਇਆ, ਕਹਿੰਦੇ ਇਹ ਤਾਂ ਇੱਕ ਸੈਂਪਲ ਜਿਹਾ ਜਾਨਵਰ ਹੈ, ਕੋਈ ਡਰਨ ਵਾਲੀ ਗੱਲ ਨਹੀਂ ਹੈ, ਬਹੁਤ ਸਮਝਾਇਆ, ਪਹਿਲੀ ਵਾਰ ਆਇਆ ਇੱਥੇ, ਕੰਨ 'ਤੇ ਦੰਦੀ ਵੱਢ ਲਈ, ਦੇਖ ਲੈ ਲੈ, ਪਤਾ ਨਹੀਂ ਕਿਹੋ ਜਿਹਾ ਤੇਲ ਲਾਇਆ ਸੀ, ਸਮਝ ਨਹੀਂ ਆਈ। ਬਾਬੇ ਕਹਿੰਦੇ ਦੇਖੋ ਬਈ, ਅਸੀਂ ਇੱਥੇ ਰਹਿੰਦੇ ਹਾਂ, ਕਦੇ ਚੂਹੇ ਨੇ ਕਿਸੇ ਦੇ ਦੰਦੇ ਨਹੀਂ ਵੱਢੀ, ਇਹਨੇ ਵੀ ਬਾਹਰ ਦਾ ਬੰਦਾ ਦੇਖ ਕੇ ਦੇਖ ਲਓ। ਫਿਰ ਘਰੋਂ ਸੰਤੋਖ ਜੀ ਗੁੱਸੇ ਹੋ ਕੇ ਆ ਗਿਆ, ਆਪਣੀ ਇੱਕ ਪੱਲੀ ਲਿਆਇਆ, ਬਿਸਤਰਾ ਲਿਆਇਆ, ਅਤੇ ਬਾਬਾ ਜੀ ਦੇ ਨਾਲ ਨਹਿਰ 'ਤੇ ਘੁੰਮਣ ਜਾਂਦਾ ਹੈ, ਅਤੇ ਉਹ ਮੈਨੂੰ ਮੈਂ ਕਹ ਚਾਂਦ ਚਾਂਦ ਚਪਾਤੀ ਮੈਨ ਚਪਾਤੀ ਮੈਨ ਐਂ ਕਹਿੰਦਾ ਹੁੰਦਾ ਸੀ ਮੈਨੂੰ, ਚਪਾਤੀ ਮੈਨ ਮੈਨੂੰ ਐਂ ਕਹਿੰਦਾ ਹੁੰਦਾ ਸੀਗਾ। ਫਿਰ ਹੈਂਜੀ
ਆ ਚਪਾਤੀ ਕਹਿੰਦੇ ਨਾ ਜੀ, ਮੈਂ ਐਂ ਬਣਾਇਆ ਕਰਦਾ ਸੀ ਨਾ ਚਪਾਤੀ, ਮੈਂ ਮੇਰੇ ਕੋਲ ਖੜ ਜਾਂਦਾ ਮੁੰਡਾ, ਬੜਾ ਦਿਲ ਖੁਸ਼ ਸੀ। ਨਹਿਰ ਨਹਿਰ ਗਏ ਘੁੰਮਣ ਬਾਬਾ ਜੀ ਦੇ ਬਰਾਬਰ, ਤਾਂ ਨਰਮਾ ਖੜਿਆ ਹੋਇਆ ਸੀ ਨਾ, ਐਂ ਕਰੇ ਬਾਬਾ ਕਹਿੰਦੇ ਇਹ ਕੋਟਨ ਕੋਟਨ ਐਂ ਕਰਨ, ਕਹਿੰਦਾ ਅੱਛਾ ਅੱਛਾ ਕੱਪੜੇ ਬਣਦੇ ਹੈ, ਹਾਂ ਕੋਟਨ, ਐਂ ਤਾਂ ਮਾੜੀ ਮੋਟੀ ਸੂਰਮੇ ਵਾਂਗੂ ਜੀ ਇਸ ਤਰ੍ਹਾਂ ਹੀ ਹੈ ਜੀ। ਹੁਣ ਹਾਂ ਤਾਂ ਅਸੀਂ ਜੱਟ ਸਭ ਦਾ ਹੀ ਹੈ ਸੰਤੋਖ ਜੀ, ਹਾਂਜੀ ਹਾਂਜੀ ਇਸ ਤਰ੍ਹਾਂ ਚੱਲਦਾ ਨਾ ਅੰਗਰੇਜ਼ੀ ਤਾਂ। ਐਂ ਤਾਂ ਖੈਰ ਮੈਨੂੰ, ਅਸੀਂ ਗੁੜ ਕੱਢਣਾ ਆਉਂਦਾ ਸੀ ਨਾ ਬਲਕਾਰ ਕੇ, ਉੱਥੇ ਤਿੰਨ ਅੱਖਰ ਸਿਖਾਏ ਸੀ ਮੈਨੇ ਸਾਨੂੰ ਅੰਗਰੇਜ਼ੀ ਦੇ। ਪਹਿਲਾਂ ਤਾਂ ਇਹ ਸਿਖਾਇਆ ਸੀ ਕਿ ਪਲੀਜ਼ ਪਲੀਜ਼ ਹੈਲਪ ਸੈਲਫ, ਬਾਬਾ ਇੱਕ ਹੋਰ ਹੈਲਪ ਸੈਲਫ ਪਲੀਜ਼ ਪਲੀਜ਼, ਇੱਕ ਹੋਰ ਪਤਾ ਨਹੀਂ ਹੈ ਜੀ, ਹਾਂ ਪਲੀਜ਼ ਸਾਈਲੈਂਸ, ਹਾਂ ਇਸ ਤਰ੍ਹਾਂ ਕਹਿੰਦੇ ਭੁੱਲ ਨਾ ਜਾਈ, ਪੱਕਾ ਕੀਤਾ ਉਹਨੇ ਤਿੰਨ ਅੱਖਰ ਦੇਖੋ। ਅਤੇ ਮੈਂ ਬਲਕਾਰ ਨੂੰ ਸਵੇਰੇ ਦੱਸਿਆ, ਕਹਿੰਦਾ ਯਾਰ ਤਾਂ ਇੰਗਲਿਸ਼ ਦੇ ਅੱਖਰ ਹੈ, ਮੈਂ ਬਾਬਾ ਜੀ ਤਾਂ ਮੈਨੂੰ ਸਿਖਾ ਕੇ ਮਖਿਆ, ਹਾਂ ਇਹ ਨਾਨਕ ਮੰਦਰ ਦੀ ਗੱਲ ਹੈ। ਹੁਣ ਕਈ ਵਾਰੀ ਬੀਬੀਆਂ ਰੌਲਾ ਪਾਉਂਦੀਆਂ, ਪਲੀਜ਼ ਪਲੀਜ਼ ਭੈਣ ਜੀ ਪਲੀਜ਼, ਫਿਰ ਸੰਗਤ ਕੁਛ ਹੱਸ ਪੈਂਦੀ ਹੈ, ਕੁਛ ਚੁੱਪ ਕਰ ਜਾਂਦੀ ਹੈ, ਹਾਂਜੀ ਇਸ ਤਰ੍ਹਾਂ ਹਾਂਜੀ। ਮੈਂ ਆਖ ਦਿੰਦਾ ਆਂਟੀ ਜੀ ਪਲੀਜ਼, ਆਂਟੀ ਜੀ ਪਲੀਜ਼, ਫਿਰ ਬੀਬੀਆਂ ਬੜੀਆਂ ਹੱਸਦੀਆਂ ਹੈ ਜੀ। ਹੁਣ ਤਾਂ ਚੁੱਪ 'ਚ ਹੀ ਫਾਇਦਾ, ਪਲੀਜ਼ 'ਚ ਹੀ ਫਾਇਦਾ, ਕਿਉਂ ਵੀ ਕੁਲਵੰਤ ਪਲੀਜ਼ ਠੀਕ ਹੈ ਨਾ ਬਈ, ਵਾਹ ਜੀ ਵਾਹ, ਇਹ ਤਾਂ ਵਿਚਾਰੀਆਂ ਬੱਚੀਆਂ ਦਾ ਬੜਾ ਤੁਹਾਡਾ, ਅਸੀਂ ਪਿਆਰ ਕਰਕੇ ਆਇਆ ਨਹੀਂ, ਸਾਡਾ ਪ੍ਰੋਗਰਾਮ ਕੋਈ ਨਹੀਂ ਸੀਗਾ, ਅਸੀਂ ਆਖਿਆ ਵੀ ਹੁਣ ਪੰਜ ਚਾਰ ਦਿਨ ਉੱਥੇ ਆਰਾਮ ਕਰਾਂਗੇ ਜਾ ਕੇ। ਉੱਥੇ ਪ੍ਰੇਮੀ ਪ੍ਰੋਗਰਾਮ ਬਹੁਤ ਮੰਗਦੇ ਆ, ਇੱਕ ਤਾਂ ਉੱਧਰ ਸਾਡੇ ਬੁੜੇ ਬਹੁਤ ਹੈ, ਇੱਕ ਤਾਂ ਭੋਗ ਰੋਜ਼ ਦਾ ਹੀ ਹੁੰਦਾ ਉੱਥੇ, ਹੁਣ ਕਈਆਂ ਦੇ ਤਾਂ ਭੋਗ ਅਸੀਂ ਕਰੇ ਆਏ ਸੀਗੇ, ਪਰ ਹੁਣ ਰੋਜ਼ ਹੁਣ ਭੋਗ ਕਿੱਥੇ ਕਰੀਏ ਹੁਣ ਦੱਸੋ। ਕਈ ਵਾਰ ਤਾਂ ਤਿੰਨ ਤਿੰਨ ਭੋਗ ਕਰਦੇ ਸੀ, ਤਿੰਨ ਤਿੰਨ ਘੰਟੇ ਘੰਟੇ ਤਾਂ ਸਾਂਭ ਰੱਖ ਕੇ, ਮੈਂ ਕਿਹਾ ਬੁੜਿਆਂ ਨੇ ਤਾਂ ਹੁਣ ਹਨੇਰੀ ਲਿਆ ਰੱਖੀ ਹੈ, ਵੀ ਕਮਲੇ ਉਹ ਕੁਛ ਟਾਈਮ ਬੰਨ ਲਓ ਤੁਸੀਂ, ਅਗੜ ਪਿਛੜ ਕਿਉਂ ਜਾਂਦੇ ਹੋ ਤੁਸੀਂ, ਨਾਲੇ ਸਰਕਾਰ ਹੁਣ 2700-2750 ਰੁਪਇਆ ਪੈਨਸ਼ਨ ਦਿੰਦੀ ਹੈ ਬੁੜੇ ਨੂੰ, ਹੈਂਜੀ ਜਵਾਕ ਬੁੜੇ ਛਾਲਾ ਮਾਰਦੇ ਆ ਜੀ, 2750 ਰੁਪਇਆ ਮਹੀਨੇ ਵਾਲੇ ਦਿਨ ਘਰੇ ਆ ਜਾਂਦਾ, ਕਈਆਂ ਦੇ 10-10 ਹਜ਼ਾਰ ਆ ਜਾਂਦਾ ਲੈ ਘਰੇ ਬੈਠਿਆਂ ਦੀ, ਦੱਸੋ ਇੰਨਾ ਪੈਨਸ਼ਨ ਦੇ ਰਹੀ ਹੈ। ਤਾਂ ਵੀ ਜਾਈ ਜਾਂਦੇ ਛੱਡ ਕੇ, ਹੈਂਜੀ ਤਾਂ ਵੀ ਜਾਈ ਜਾਂਦੇ ਛੱਡ ਕੇ, ਹਾਂਜੀ ਹੁਣ ਕਹਿੰਦੇ 5000 ਆ ਹੁਣ 24 ਦੇ ਵਿੱਚ ਕਿੰਨਾ ਹੋ ਜੂਗਾ, 3000 ਹੋ ਜੂਗਾ, ਲੈ 100 ਰੁਪਇਆ ਰੋਜ਼ ਦਾ ਲੈ ਲਓ ਸਾਹਿਬ ਲੈ। ਅਤੇ ਇੱਥੇ ਯੂਪੀ ਦੇ ਵਿੱਚ ਤਾਂ ਮਗਰ ਲੰਡੀ ਜੀ ਪੈਨਸ਼ਨ ਹੈ, ਮੇਰੇ ਖਿਆਲ ਕੋਈ ਖਾਸ ਨਹੀਂ ਦਿੰਦੇ ਗੇ, 1000 ਦੱਸੋ ਲੈ। ਆ ਸਰਪੰਚ ਆਇਆ ਸੀ, ਮੈਂ ਕਿਹਾ ਭਰਾਵਾ ਬੁੜਿਆਂ ਦੀ ਪੈਨਸ਼ਨ ਬੰਨ ਦੇ, ਅੱਗੇ ਤੇਰੀ ਮੈਂ ਤਾਂ ਨਹੀਂ ਬਣਾਉਂਦਾ ਗਾ, ਅਤੇ ਇਹਨਾਂ ਦੀ ਬੰਨ ਤੂੰ, ਮੈਂ ਕਿਹਾ ਬੇਚਾਰਿਆਂ ਦੀ, ਉਹ ਜਿਹੜਾ ਇੱਥੇ ਮੁਨਸ਼ੀ ਦੇ ਪਿੰਡ ਚਿੱਟਿਆ ਜਿਹੜਾ ਰਕੇਸ਼, ਮੈਨੂੰ ਕਹਿੰਦਾ ਜੀ ਉਹ ਵੋਟਾਂ 'ਚ ਖੜਾ ਹੋਇਆ, ਮੈਂ ਕਿਹਾ ਉਹਨੂੰ ਲਿਆਓ ਤਾਂ ਅਸੀਂ ਕਿਹੜਾ, ਸੈਂਕਲਾਂ 'ਤੇ ਆਏ ਤਿੰਨ ਜਣੇ, ਮੈਂ ਅਤੇ ਕਰਨੈਲ ਅਸੀਂ ਉੱਥੇ ਬੈਠੇ ਤਿੰਨੇ, ਮੈਂ ਕਿਹਾ ਵੀ ਇੱਥੇ ਬਾਬਿਆਂ ਦੇ ਕੋਲ ਇੱਥੇ ਬੈਠ ਕੇ ਜਿਹਨੂੰ ਵੀ ਤੂੰ ਮੰਨਦਾ ਇੱਕ ਘੰਟਾ ਤੂੰ ਉਹਦਾ ਯਾਦ ਕਰ, ਚਾਹੇ ਮੰਦਰ 'ਚ ਜਾਂਦਾ ਚਾਹੇ ਗੁਰਦੁਆਰੇ ਜਾਂਦਾ, ਆ ਬਾਬਾ ਜੀ ਮੈਨੂੰ ਦੇਖ ਕੇ, ਅਤੇ ਚੰਗੀਆਂ ਵੋਟਾਂ 'ਚ ਜਿੱਤ ਗਿਆ ਸੀਗਾ। ਇਹ ਮੰਦਰ ਵਾਲੇ ਬਾਬੇ ਦਾ ਫੋਨ ਆਵੇ ਕਿ ਆਪਾਂ ਇਹਨੂੰ ਜਿਤਾਉਣਾ ਹੈ, ਜਿਤਾਉਣਾ ਹੈ, ਮੈਂ ਕਿਹਾ ਜੀ ਮੈਂ ਤਾਂ ਮੇਰੀ ਤਾਂ ਵੋਟ ਵੀ ਹੈ ਨਹੀਂ, ਮੈਂ ਤਾਂ ਕਦੇ ਵੋਟ ਵੀ ਨਹੀਂ ਪਾਈ। ਫਿਰ ਸਾਰੇ ਜਿੱਤਣ ਤੋਂ ਬਾਅਦ ਇੱਥੇ ਆਏ ਮੋਟਰਸਾਈਕਲ ਲੈ ਕੇ ਦੁਪਹਿਰੇ 2 ਵਜੇ,
ਮੈਂ ਕਿਹਾ ਵੀ ਤੁਸੀਂ ਉੱਥੇ ਬਾਬਾ ਜੀ ਕੋਲ ਜਾਓ, ਮੈਂ ਕਿਹਾ ਵੋਟਾਂ ਦਾ, ਮੈਂ ਕਿਹਾ ਉਹਨਾਂ ਸਾਰਿਆਂ ਨੇ ਕਹਿ ਕੇ ਪਵਾਈਆਂ, ਫਿਰ ਉੱਥੇ ਭੇਜੇ। ਖੈਰ ਬੰਦਾ ਠੀਕ ਸੀਗਾ, ਨਰਮ ਸੀ, ਮੁਨਸ਼ੀ ਦੇ ਘਰ ਸੀ ਪਿਛਲੇ ਪਾਸੇ ਸੀ। ਅੱਛਾ ਨਾਲ ਤਾਂ ਸੀ, ਹਾਂਜੀ। ਮੇਰੇ ਪਾਪ ਕਰਮ ਹੀ ਤੁਝਸੇ ਪ੍ਰੀਤ ਨ ਕਰਨੇ ਦੇਤੇ ਹੈ, ਮੇਰੇ ਪਾਪ ਕਰਮ ਹੀ ਤੁਝਸੇ ਪ੍ਰੀਤ ਨ ਕਰਨੇ ਦੇਤੇ ਹੈ, ਕਭੀ ਮੈਂ ਚਾਹੂੰ ਮਿਲੂੰ ਆਪਸੇ ਰੋਗ ਮੁਝੇ ਯੇ ਲੇਤੇ ਹੈ, ਜਬ ਮੈਂ ਚਾਹੂੰ ਮਿਲੂੰ ਆਪਸੇ ਰੋਗ ਮੁਝੇ ਯੇ ਲੇਤੇ ਹੈ, ਕੈਸੇ ਸਤਿਗੁਰੂ ਆਪਕੇ ਦਰਸ਼ਨ ਪਾਊਂ ਮੈਂ, ਕੈਸੇ ਸਤਿਗੁਰੂ ਆਪਕੇ ਦਰਸ਼ਨ ਪਾਊਂ ਮੈਂ, ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊਂ ਮੈਂ, ਸਤਿਗੁਰ ਸੁਣਤਾ ਮੇਰੀ ਕੌਣ ਹੈ ਕਿਸੇ ਸੁਣਾਊਂ ਮੈਂ, ਦਾਤਾ ਕਰਮ ਵਿਧਾਤਾ ਤੁਝਸੇ ਸਭ ਵਰ ਪਾਤੇ ਹੈ, ਹੈ ਤੂੰ ਦਾਤਾ ਕਰਮ ਵਿਧਾਤਾ ਤੁਝਸੇ ਸਭ ਵਰ ਪਾਤੇ ਹੈ, ਰਿਸ਼ੀ ਮੁਨੀ ਔਰ ਯੋਗੀ ਸਾਰੇ ਤੇਰੇ ਹੀ ਗੁਣ ਗਾਤੇ ਹੈ, ਰਿਸ਼ੀ ਮੁਨੀ ਔਰ ਯੋਗੀ ਰਪਕੰਬਰ ਤੇਰੇ ਹੀ ਗੁਣ ਗਾਤੇ ਹੈ, ਰਿਸ਼ੀ ਮੁਨੀ ਔਰ ਪੀਰ ਪਕੰਬਰ ਤੇਰੇ ਹੀ ਗੁਣ ਗਾਤੇ ਹੈ, ਛਿੰਟਾ ਦਿਓ ਗਿਆਨ ਕਾ ਹੋਸ਼ ਮੈਂ ਆਊਂ ਮੈਂ, ਛਿੰਟਾ ਦਿਓ ਗਿਆਨ ਕਾ ਹੋਸ਼ ਮੈਂ ਆਊਂ ਮੈਂ, ਸਤਿਗੁਰ ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊਂ ਮੈਂ, ਅਬ ਸੁਣਤਾ ਮੇਰੀ ਕੌਣ ਹੈ ਕਿਸੇ ਸੁਣਾਊਂ ਮੈਂ, ਸੰਦੋਖ ਜੀ ਇਹ ਜਿਹੜੇ ਵੱਡੇ ਬਾਬੇ ਚੋਲਾ ਛੱਡ ਗਏ ਨਾ, ਇਹ ਬਰੇਲੀ ਭਰਤੀ ਸੀਗੇ, ਅਤੇ ਕੁਦਰਤੀ ਬੂਟੇ ਦੇ ਨਾਲ ਮੈਂ ਵੀ ਪਾ ਗਿਆ, ਪਤਾ ਨਹੀਂ ਕੀ ਕੁਛ ਕਰਾਉਣਾ ਸੀ, ਗੱਡੀ ਲੈ ਕੇ ਆਪਾਂ ਲੈ ਕੇ ਆਉਣਾ ਸੀ ਬੂਟੇ ਨਾਲ, ਅਤੇ ਛੋਟਾ ਬਾਬਾ ਵੀ ਨਾਲ ਸੀ ਅਤੇ ਵੱਡਾ ਵੀ, ਜਦੋਂ ਆਉਂਦੇ ਗੱਲਾਂ ਬਾਤਾਂ ਹੋਈਆਂ, ਵੱਡੇ ਬਾਬੇ ਕਹਿੰਦੇ ਤੁਸੀਂ ਪੂਤ ਕਿਵੇਂ ਕੱਢ ਦਿੰਦੇ ਹੋ, ਪੂਤ ਕਿਵੇਂ ਕੱਢਦੇ ਹੋ ਤੁਸੀਂ, ਮੈਂ ਕਿਹਾ ਇਸ ਤਰ੍ਹਾਂ ਕੱਢਦੇ ਹਾਂ ਕਿ ਯਾਰ ਉਹ ਜੁਗਤ ਮੈਨੂੰ ਵੀ ਦੱਸ ਦੇ ਤੂੰ, ਵੱਡਾ ਬਾਬਾ ਕਹਿੰਦਾ ਮੈਂ ਕਿਹਾ ਜੀ ਤੁਹਾਡੇ ਤਾਂ ਲੋਕ ਪੈਰੀਆਂ ਹੱਥ ਲਾਉਂਦੇ ਹੈ, ਅਤੇ ਸਾਡੇ ਵਾਲੀ ਜੁਗਤ ਫਿਰ ਤੁਹਾਨੂੰ ਹੁਣ ਸੂਤ ਨਹੀਂ ਆਉਣੀ, ਕਿਉਂ ਤੁਹਾਡਾ ਤਾਂ ਹੁਣ ਬਾਹਲਾ ਕੰਮ, ਹਾਂ ਸਾਡੇ ਕੋਲ ਤਾਂ ਨਮੂਨਾ ਹੋ ਰਹੀ ਹੈ ਕਿ ਬਾਬੇ ਦੀ ਰਹਿਮਤ ਹੈ, ਹੁਣ ਚੀਜ਼ ਜਿਹੜੀ ਆਪਣੇ ਬਾਬਾ ਜੀ ਨੇ ਦਿੱਤੀ ਆ ਉਹਨਾਂ ਕੋਲ ਹੈ ਨਹੀਂ, ਹੈ ਜੀ, ਅਤੇ ਬਹੁਤ ਵਿਚਾਰੇ ਪ੍ਰੇਮ ਕਰਦੇ ਸੀ, ਇੱਥੇ ਆ ਕੇ ਬੈਠਿਆ ਕਰਦੇ ਸੀਗੇ ਘੁੰਮਣ ਜਦੋਂ ਜਾਂਦੇ ਸੰਤੋਖ ਜੀ ਇੱਥੇ, ਅਤੇ ਮਨਜੀਤ ਕੇ ਘਰੇ ਖੰਡ ਪਾਠ ਖਿਲਾਇਆ, ਅਤੇ ਉਦੋਂ ਮੇਰੇ ਨਾਲ ਇਹ ਇੰਦਰ ਵੀ ਇੱਥੇ ਆਇਆ ਹੋਇਆ ਸੀਗਾ ਨਾ, ਉਦੋਂ ਇਹ ਤਾਂ ਇੰਦਰਜੀਤ ਤਾਂ ਉਦੋਂ ਆਇਆ ਸੀ ਜਦੋਂ ਇਹਨਾਂ ਦੇ ਸੀਗਾ ਆਪਣੇ ਸੁਰਜੀਤ ਕੇ, ਕਹਿਤਾ ਜੀ ਸਵੇਰੇ ਤੁਸੀਂ ਆਇਓ, ਇਹ ਨਹੀਂ ਕਿਹਾ ਵੀ ਰੋਟੀ ਉੱਥੇ ਖਾਣੀ ਹੈ, ਸੁਰਜੀਤ ਕਿਆ ਨੇ ਇਹ ਨਹੀਂ ਕਿਹਾ ਵੀ ਰੋਟੀ ਉੱਥੇ ਖਾਣੀ ਹੈ, ਅਸੀਂ ਆਪਣਾ ਲੰਗਰ ਪਾਣੀ ਬੜਾ ਬਣੂ ਕੇ ਖਾ ਕੇ ਚਲੇ ਗਏ, ਉੱਥੇ ਕਹਿੰਦੇ ਰੋਟੀ ਖਾਓ, ਮੈਂ ਕਿਹਾ ਤੁਸੀਂ ਸਾਨੂੰ ਰੋਟੀ ਦਾ ਤਾਂ ਨਹੀਂ ਆਖਿਆ, ਰੋਟੀ ਹੁਣ ਕਿਉਂ ਖਾਈਏ ਭਾਈ, ਤੁਸੀਂ ਸਾਨੂੰ ਆਖਿਆ ਹੀ ਨਹੀਂ ਰੋਟੀ ਦਾ, ਤਾਂ
ਜਾਂ ਤਾਂ ਤੁਸੀਂ ਕਹਿਣਾ ਸੀ ਭਾਈ ਤੁਹਾਡਾ ਲੰਗਰ ਉੱਥੇ ਹੈ, ਤੁਸੀਂ ਟਾਈਮ ਨਾਲ ਆ ਜਾਓ। ਇਹ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਕਿ ਉਹ ਖੁਸ਼ੀ ਦੇ ਵਿੱਚ ਭੁੱਲ ਗਏ ਵਿਚਾਰੇ। ਅਤੇ ਸਾਡੇ ਨਾਲ ਇੱਥੋਂ ਉਹ ਕੁੱਤਾ ਸੀ ਨਾ ਜਿਹੜਾ ਚਿੱਟਾ ਕੁੱਤਾ, ਉਹ ਗਿਆ, ਜਲੇਬੀਆਂ ਪਾਈਆਂ ਉਹਨੇ, ਉਹ ਜਲੇਬੀਆਂ ਵੀ ਨਹੀਂ ਖਾਧੀਆਂ। ਜਿਹਦੇ ਮੈਂ ਘਰ ਜਾਂਦਾ ਸੀ ਅਲਸੀ ਦੀਆਂ ਪਿੰਨੀਆਂ ਵਗੈਰਾ ਮੈਨੂੰ ਦਿੰਦੇ, ਉਹਨੂੰ ਪਾਉਂਦਾ, ਖਾਂਦੀ ਨਹੀਂ ਸੀ। ਦੇਖੋ ਇਤਨੀ ਸਬਰ ਤੋਂ ਸੰਤੋਸ਼ ਵਾਲੀ ਸੀ। ਦੇਖੋ ਇੱਥੇ ਆ ਰਿੰਕੀ ਹੋਰੀਆਂ ਉਹਨੂੰ ਰੋਟੀ ਦੁੱਧ ਪਾਉਂਦੀਆਂ, ਦੂਰ ਬੈਗ ਬਹਿ ਜਾਂਦੀ, ਉਹ ਦੂਜਾ ਕੁੱਤਾ ਭੱਜ ਕੇ ਪੈ ਜਾਂਦਾ, ਉਹ ਖਾ ਜਾਂਦਾ। ਮੈਂ ਕਮਲੀਏ ਖਾ ਲਿਆ ਨਹੀਂ ਤਾਂ ਉਹ ਆਜੂ, ਦੂਜਾ ਆਜੂਗਾ, ਮੈਂ ਕਿਹਾ ਇਹ ਤੇਰਾ ਮਾਸੀ ਦਾ ਮੁੰਡਾ, ਉਹ ਆਜੂਗਾ। ਅਤੇ ਇਤਨੀ ਸੀ, ਜਿੱਦਣ ਉਹਨੇ ਚੋਲਾ ਛੱਡਿਆ ਇੱਕ ਦਿਨ ਪਹਿਲਾਂ ਕੁਦਰਤੀ ਉਹ ਅੰਦਰ ਰਹਿ ਗਈ ਅਤੇ ਛੱਟਰ ਛਿੱਟਤਾ ਉੱਤੇ ਜਾ ਕੇ ਨਾ, ਅਤੇ ਐਂ ਮੇਰੇ ਮੰਜੇ 'ਤੇ ਐਂ ਪੈਰ ਮਾਰੇ। ਮੈਂ ਕਿਹਾ ਖੜਕਾ ਕਦਾ ਹੋਣ ਲੱਗ ਗਿਆ। ਮੈਂ ਲਾਈਟ ਜਗਾ ਕੇ ਦੇਖਿਆ ਤਾਂ ਮੰਜੇ ਕੋਲ ਖੜੀ ਹੈ, ਮੰਜੇ ਕੋਲ ਖੜੀ ਆ ਉੱਤੇ। ਫਿਰ ਮੈਂ ਆ ਕੇ ਛੱਟਰ ਖੋਲ੍ਹਿਆ ਅਤੇ ਫਿਰ ਬਾਹਰ ਬੈਠੀ। ਅਤੇ ਦੋ ਤਿੰਨ ਦਿਨਾਂ ਬਾਅਦ ਚੋਲਾ ਛੱਡਿਆ, ਫਿਰ ਉਹਨੂੰ ਅਸੀਂ ਸ਼ੈਂਪੂ ਦੇ ਨਾਲ ਨਵਾਈ, ਇਸ਼ਨਾਨ ਕਰਾਇਆ ਉਹਦਾ, ਇੱਥੇ ਲਿਆਂਦੀ ਬਾਬਾ ਜੀ ਦੇ ਫੋਟੋ ਕੋਲ, ਅਰਦਾਸ ਕੀਤੀ, ਦੇਗ ਵੀ ਬਣਾਈ, ਉਹ 'ਤੇ ਕੱਫਣ ਪਾਇਆ ਹੈ ਜੀ। ਮੈਂ ਕਿਹਾ ਵੇਖੋ ਇਤਨੀ ਸਿਆਣੀ ਸੀ ਉਹ, ਕਮਾਲ ਦੀ ਗੱਲ ਹੈ। ਤੁਸੀਂ ਪੀਰੇ ਕੋਲ ਛੱਡਿਆ ਸੀ ਨਾ, ਉੱਥੋਂ ਆ ਗਏ ਸੀ, ਇਹਨਾਂ ਨੂੰ ਪੀਰੇ ਛੱਡਿਆ ਸੀਗੇ। ਜਦੋਂ ਇਹ ਦੋਨੇ, ਜਦੋਂ ਕੁੱਤੀਆਂ ਦੋਨੇ ਪੈਣਾ ਸੀ ਨਾ, ਜਦੋਂ ਇੱਥੇ ਸੂਈਆਂ ਸੀਗੀਆਂ, ਇਹਨਾਂ ਨੂੰ ਮੈਂ ਇੱਕ ਹਫ਼ਤਾ ਕੜਾ ਬਣਾ ਪਾਉਂਦਾ ਸੀਗਾ। ਮੈਂ ਕਿਹਾ ਵੀ ਇਹ ਜਾਪਾ ਹੈ ਇਹਨਾਂ ਦੇ, ਇਹਨਾਂ ਨੂੰ ਮੈਂ ਕੜਾ ਬਣਾ ਕੇ ਖਵਾਉਂਦਾ ਸੀ ਕੁੱਤਿਆਂ ਨੂੰ ਰੋਜ਼ਾਨਾ। ਮਾਤਾ ਨੂੰ ਤਾਂ ਪਤਾ ਹੀ ਹੈ। ਅਤੇ ਇਸ ਤਰ੍ਹਾਂ ਦਾ ਨਮੂਨਾ ਸੀ, ਕੁੱਤਾ ਬੜਾ ਸਿਆਣਾ ਹੁੰਦਾ, ਦੇਖ ਲਓ ਪੈਰ ਮਾਰਨ ਲੱਗ ਗਈ ਆ ਕੇ, ਉਠਾਇਆ ਮੈਨੂੰ ਐਂ ਪੈਰ ਮਾਰ ਕੇ, ਫਿਰ ਸ਼ਟਰ ਖੋਲ੍ਹਿਆ, ਫਿਰ ਬਾਹਰ ਬੈਠੀ। ਬਹੁਤ ਸਮਝਦਾਰ ਸੀਗੀ, ਮਾੜੀ ਛੋਟੀ ਖੜਕਦੀ ਨਾਲ ਤੁਰ ਪੈਂਦੀ ਉਹਦੀ। ਮੰਟੂ ਹੋਰੇ ਸਾਰੇ ਇੱਥੇ ਸੀ, ਗਿਆਨੀ ਸਤਨਾਮ ਹੈ ਨਾ ਜੀ, ਹਾਂ, ਟਰਾਂਸਫਾਰਮ ਕੋਲ ਦੱਬੀ ਸੀ ਇੱਥੇ, ਉੱਤੇ ਕੱਪੜ ਪਾਇਆ ਸੀ, ਨਾਰੇ ਲਾਏ। ਮੈਂ ਕਿਹਾ ਬਈ ਇਹ ਵੀ ਵਿਚਾਰਾ ਕੋਈ ਸਤਿਗੁਰ ਦੇ ਰੂਹ ਹੈ। ਉੱਥੇ ਮਲੋਟ ਪ੍ਰੋਗਰਾਮ ਹੋਇਆ ਸੰਤੋਖ ਜੀ 3 ਸਾਲ ਪਹਿਲਾਂ, ਮੈਂ ਤੁਹਾਨੂੰ ਦੱਸਦਾ। ਅਤੇ ਉੱਥੇ ਇਤਨੀ ਭੀੜ, ਹੁਣ ਇੱਧਰੋਂ ਬੀਬੀਆਂ ਮੈਨੂੰ ਕੋਈ ਬੰਦਾ ਆਵੇ ਨਾ ਅਤੇ ਪਾਸੇ ਕਰਕੇ ਬੰਦਾ ਆਊਗਾ, ਅਤੇ ਉਹ ਜਿਹੜਾ ਜਿਹਨੂੰ ਆਪਾਂ ਟੱਠਾ ਕਹਿੰਦੇ ਹਾਂ, ਉਹ ਗਾਉਣ ਵਾਲੇ ਦੇ ਕੋਲ ਆ ਕੇ ਖੜ ਗਿਆ। ਕਿਸੇ ਨੇ ਪਿੱਛੋਂ ਆਵਾਜ਼ ਨਹੀਂ ਲਾਈ, ਬੜਾ ਲੰਮਾ ਪੰਡਾਲ ਸੀ ਵੀ ਪਿੱਛੋਂ ਟੱਠਾ ਆ ਗਿਆ, ਨਾ ਕਿਸੇ ਦੇ ਪੈਰ 'ਤੇ ਪੈਰ ਰੱਖਿਆ ਗਿਆ, ਕਿਸੇ ਨੇ ਜ਼ਿਕਰ ਨਹੀਂ ਕੀਤਾ, ਕੋਲ ਆ ਕੇ ਖੜ ਗਿਆ। 12:45 ਦਾ ਰਾਤ ਦਾ ਟਾਈਮ, ਭੱਜ ਭੱਜ ਕੇ ਰਾਜਾ ਰਾਮ ਉਰੇ ਲਾਭ ਉਰੇ ਖੁਰ ਕਰਨ ਲੱਗ ਕੇ ਢੂਈ 'ਤੇ ਵੀ ਕਿਤੇ ਭੱਜ ਨਾ ਪਵੇ। 5 ਮਿੰਟ ਖੜ੍ਹੇ ਰਿਹਾ, ਐਂ ਦੇਖਦਾ ਰਿਹਾ ਬਾਬਾ ਜੀ ਨੇ ਫੋਟੋ ਬਣੀ, ਅਤੇ ਪਿੱਛੇ ਸਟੇਜ 'ਤੇ ਐਂ ਪੜਦੇ ਲੱਗੇ ਸੀ ਮੈਂ ਜਿੱਥੇ ਬੈਠਾ ਸੀ, ਅਤੇ ਐਂ ਧੁੱਸ ਦੇ ਕੇ ਅਤੇ ਐਂ ਪਿੱਛੇ ਲੰਘ ਗਿਆ। ਤਾਂ ਉੱਥੇ ਕੀ ਗੱਲ ਚੱਲੀ, ਮੈਂ ਕਿਹਾ ਜਦੋਂ ਵੀ ਕੋਈ ਬੰਦੇ ਦਾ ਜਨਮ ਹੁੰਦਾ ਤਾਂ ਇਹ ਪਹਿਲਾਂ ਫਿਰ ਪਸ਼ੂ ਬਣਦਾ। ਪਸ਼ੂ ਦੇ ਵਿੱਚ 4 ਤੱਤ ਹੁੰਦੇ ਆ, ਬੰਦੇ 'ਚ 5 ਤੱਤ ਹੈ। ਇਹ ਹੁਣ ਕਿੰਨੇ ਪ੍ਰੇਮੀ ਦੇ ਹੱਥ ਲੱਗੇ ਹੈ, ਕਿੰਨੇ ਨੇ ਖੁਰਕ ਕੀਤੀ ਹੈ, ਕਿੰਨੇ ਨੇ ਹੱਥ ਲਾਏ ਹੈ, ਇਹ ਕਿਸੇ ਦੇ ਘਰੇ ਜਨਮ ਲਊਗਾ, ਕਿਸੇ ਪ੍ਰੇਮੀ ਦੇ ਘਰੇ ਜਨਮ ਲਊਗਾ। ਇੱਕ ਬੰਦਾ ਖੜ੍ਹਾ ਹੋ ਗਿਆ, ਉਹਦੇ ਕੁੜੀਆਂ ਸੀਗੀਆਂ, ਕਹਿੰਦੇ ਜੀ ਆਹ ਟੱਠਾ ਸਾਨੂੰ ਦੇ ਦਿਓ ਤੁਸੀਂ, ਹੁਣ ਇਹ ਗੱਲ ਆਖੀ। ਅਤੇ ਉਹ ਇੱਕ ਹਫ਼ਤੇ ਵਾਲੇ ਦਿਨ ਸੰਤੋਖ ਜੀ ਚੋਲਾ ਛੱਡ ਗਿਆ, ਉਹ ਇੱਕ ਹਫ਼ਤੇ ਚੋਲਾ ਛੱਡ ਗਿਆ। ਹਕੀਕਤ ਦੀ ਗੱਲ ਹੈ, ਜਦੋਂ ਮੁੜਦੇ ਸਾਲ ਗਏ, ਸਾਲ ਤੋਂ 5-2-4 ਮਹੀਨੇ ਉੱਤੇ ਹੋ ਗਏ, ਉਸੇ ਥਾਂ ਹੀ ਗਏ, ਮੈਂ ਇਹ ਗੱਲ ਸੁਣਾਈ ਤਾਂ ਉਹ ਬੰਦਾ ਖੜ੍ਹਾ ਹੋ ਕੇ ਆ ਗਿਆ ਜਿਹਦੇ ਘਰ ਉਹਨੇ ਜਨਮ ਲੈ ਲਿਆ। ਉਹ ਜਨਮ ਵੀ ਉਸੇ ਦੇ ਘਰ ਲਿਆ ਜਿਹਨੇ ਚੋਲੀ ਕੀਤੀ ਸੀਗੀ, ਅਤੇ ਉਹ ਬੰਦਾ ਰਾਧਾ ਸਵਾਮੀ ਸੀਗਾ। ਦੇਖੋ ਉਹ ਕਹਿੰਦਾ ਜੀ ਇਹ ਟੱਠਾ ਸਾਡੇ ਘਰ ਆ ਗਿਆ, ਸਤਿਗੁਰ ਨੇ ਰਹਿਮਤ ਕਰਤੀ,
ਫਿਰ ਡੇਰੇ 'ਚ ਸ਼ੁਕਰਾਨਾ ਕਰਨ ਵੀ ਆਇਆ ਉਹ, ਕਹਿੰਦੇ ਸਤਿਗੁਰ ਨੇ ਰਹਿਮਤ ਕਰਤੀ, ਸਾਰੀ ਸੰਗਤ ਦੇ ਵਿੱਚ ਦਾਤ ਮੰਗੀ ਸੀਗੀ ਅਤੇ ਬਾਬਾ ਜੀ ਨੇ ਸਾਰਿਆਂ ਦਾ ਖਿਆਲ ਪੂਰੇ ਕਰਤੇ। ਉਹ ਰਾਧਾ ਸਵਾਮੀ ਹੈ, ਬੜਾ ਤਕੜਾ ਪ੍ਰੇਮੀ ਹੈ, ਲੜਕੀਆਂ ਲੜਕੀਆਂ ਸੀ ਉਹਨਾਂ ਦੇ। ਅਤੇ ਦੇਖੋ ਇਸ ਤਰ੍ਹਾਂ ਦੇਖੋ, ਉਹਨੇ ਵੀ ਟੱਠੇ ਨੇ ਵੀ ਕਮਾਲ ਕਰਤੀ। ਇਹ ਮਾਰਨ ਵਾਲਾ ਜਾਨਵਰ ਸੰਤੋਖ ਜੀ ਅਤੇ ਕਿੱਥੇ ਆ ਕੇ ਖੜ ਗਿਆ, ਕਿਸੇ ਨੇ ਆਵਾਜ਼ ਨਹੀਂ ਲਾਈ, ਜਾਣੀ ਕਿ ਉੱਤੇ ਉਤਰਿਆ ਹੁੰਦਾ। ਮੈਂ ਤਾਂ ਹੈਰਾਨ ਹਾਂ ਵੀ ਕਿਸੇ ਦੇ ਪੈਰ 'ਤੇ ਪੈਰ ਨਹੀਂ ਰੱਖਿਆ, ਕਿ ਚਾਰ ਪੈਰ ਆ ਉਹਦੇ, ਕਿਸੇ ਪੈਰ ਥੱਲੇ ਪੈਰ ਤਾਂ ਆਊਗਾ। ਕਮਾਲ ਹੋ ਗਈ ਜੀ, ਇੱਥੇ ਰਾਜਾ ਰਾਮ ਭੱਜ ਕੇ ਖੜਾ ਹੋ ਗਿਆ। ਕਾਲਾ ਜੀ ਦੇ ਭਾਈ ਲਾਭ ਸ਼ਬਦ ਬੋਲੀ ਜਾਂਦਾ, ਢੋਲ ਵਜਾਈ ਜਾਂਦੇ ਆ, ਬੜੇ ਬੜੇ ਢੋਲ ਵਜੀ ਜਾਂਦੇ ਆ ਸੰਤੋਖ ਜੀ। ਅਤੇ ਬੜਾ 6 ਫੁੱਟਾਂ ਲੰਮਾ, ਕਿੰਨਾ ਉੱਚਾ। ਮੈਂ ਕਿਹਾ ਵੀ ਜੇ ਭੱਜ ਪਿਆ ਤਾਂ ਖਬਰਾਂ ਕਿੰਨੇ ਬੰਦੇ ਥੱਲੇ ਆਉਣਗੇ। ਆਰਾਮ ਦੇ ਨਾਲ ਐਂ ਜਾ ਕੇ ਪਿੱਛੇ ਹੋ ਕੇ ਐਂ ਪਿੱਛੇ ਲੰਘ ਗਿਆ। ਲਾਭ ਤੂੰ ਤਾਂ ਨਾਲ ਨਹੀਂ ਸੀਗਾ, ਸ਼੍ਰੀ ਪਾਲ ਤੂੰ? ਹਾਂ ਇਹ ਸੀਗੇ ਸਾਰੇ ਦੇ। ਇਹ ਮਲੋਟ ਦੀ ਗੱਲ ਹੈ ਜੀ, 23 ਤਰੀਕ ਸੀ ਉਦੋਂ, ਮੈਨੂੰ ਪੂਰਾ ਪਤਾ ਹੈ। ਉਸ ਗੇੜੇ 3 ਚਾਂਸ ਹੋਏ, ਫਿਰ ਅਰਨੀ ਵਾਲੇ ਪ੍ਰੋਗਰਾਮ ਕੀਤਾ, ਗੱਡੀ ਅੰਦਰ ਕਰ ਲਈ, ਸਾਰੇ ਬੰਦੇ ਅੰਦਰ ਹੋ ਗਏ ਅਤੇ ਗੇਟ ਆਪਣੇ ਆਪ ਹੀ ਸਾਰਾ ਦਾ ਸਾਰਾ ਡਿੱਗ ਪਿਆ। ਲੋਹੇ ਦਾ ਕਿੱਡਾ ਵੱਡਾ ਗੇਟ, ਕਿਸੇ 'ਤੇ ਫੁੱਲ ਦੀ ਨਹੀਂ ਲੱਗੀ। ਦੇਖੋ ਕਿੰਨੇ ਨਿੱਕੇ ਨਿਆਣੇ ਜਵਾਕ ਪਿੱਛੇ ਖੜ੍ਹੇ ਹੈ, ਅੱਗੇ ਖੜ੍ਹੇ ਹੈ, ਅਤੇ ਗੇਟ ਡਿੱਗ ਪਿਆ ਸਾਰਾ, ਉਦੋਂ ਖਾਲੀ ਹੋ ਗਿਆ। ਦੇਖੋ ਇਹ ਵੀ ਨਮੂਨਾ ਹੋਇਆ। ਅੱਛਾ ਫਿਰ ਦੂਜੇ ਗੇੜੇ ਉੱਥੇ ਪ੍ਰੋਗਰਾਮ ਹੋ ਰਿਹਾ, 3ਜੀ ਮੰਜ਼ਿਲ ਤੋਂ ਸੰਤੋਖ ਜੀ ਇੱਟ ਡਿੱਗੀ, ਹਵਾ ਚੱਲਦੀ ਸੀ ਨਾ, ਅਤੇ ਇੰਨਾ ਕੁ ਥਾਂ ਸੀ, 2 ਬੰਦਿਆਂ ਦੇ ਵਿਚਾਲੇ ਡਿੱਗ ਪਈ, ਬੰਦੇ 'ਤੇ ਕਿਸੇ ਦੇ ਨਹੀਂ ਬੱਜੀ। ਦੇਖੋ 30 ਫੁੱਟ ਉੱਤੋਂ ਇੱਟ ਆਈ, ਦੇਖੋ ਉਹ ਵੀ ਸਤਿਗੁਰ ਨੇ ਲਾਜ ਰੱਖੀ। ਦੇਖੋ ਪਤਾ ਨਹੀਂ ਕੀ ਬਾਬੇ ਦਾ ਖੇਲ ਹੈ। ਦੇਖੋ 1 ਨਵੰਬਰ ਤੋਂ ਲੈ ਕੇ ਅਤੇ ਆ ਹੁਣ ਤੱਕਰ, ਹਾਂਜੀ ਇਹ ਪ੍ਰੇਮੀ ਕਿਹੜਾ ਬਾਈ? ਹੈਂ? ਅੱਛਾ ਅੱਛਾ ਪ੍ਰਸ਼ਾਦ ਲਾਲੇ ਦਾ ਵੀ ਪ੍ਰਸ਼ਾਦ ਲਿਆਓ। ਕੱਲ੍ਹ ਤਾਂ ਫਿਰ ਐਨ ਵੀ ਹੁਣ ਸੈਟਿੰਗ, ਅੱਜ ਪਹਿਲਾ ਦਿਨ ਸੀ ਨਾ ਤੁਹਾਡੇ ਕੋਲ, ਅਸੀਂ ਇੱਥੇ ਬੁੱਧਵਾਰ ਤੱਕ ਇੱਥੇ ਰਹਾਂਗੇ। ਹੁਣ ਹਿਸਾਬ ਲਾ ਲਓ ਸੰਤੋਖ ਜੀ, ਆ ਬੁੱਧਵਾਰ ਤੱਕ ਅੱਗੇ ਸਾਡੇ ਪ੍ਰੋਗਰਾਮ ਚਾਲੂ ਹੈ। ਜੇ ਕਿਸੇ ਬੁੜੇ ਨੇ ਚੋਲਾ ਛੱਡਣਾ ਹੈ ਤਾਂ ਬੁੱਧਵਾਰ ਤੱਕ ਛੱਡ ਸਕਦਾ ਹੈ। ਹਾਂ ਬੁੱਧਵਾਰ ਤੱਕ ਅਸੀਂ ਉੱਥੇ ਜਾਵਾਂਗੇ, ਸੰਸਕਾਰ ਵੀ ਕਰਾਵਾਂਗੇ। ਹਾਂ ਐਂ ਛੱਡ ਕੇ ਨਹੀਂ ਜਾਂਦੇ ਬੁੱਧਵਾਰ ਤੱਕ। ਇੱਥੇ ਜਦੋਂ ਸੰਤੋਖ ਜੀ ਮਾਤਾ ਗੱਲ ਸੁਣੋ, ਆ ਜਦੋਂ, ਹਾਂਜੀ ਕੀ ਹਾਲ ਆ, ਕੀ ਹਾਲ ਆ ਬਾਈ? ਅਤੇ ਠਾਰੂ ਉਹ ਸਾਰੇ ਕਹਿੰਦੇ ਵੀ ਪਿੱਪਲ ਅਸੀਂ ਹੱਥ ਨਹੀਂ ਲਾਉਂਦੇ ਗੇ, ਤਾਂ ਸਤਿਗੁਰ ਦੀ ਮੇਰੇ ਨਾਲ ਪਹਿਲਵਾਨ ਨੇ ਅਤੇ ਅਸੀਂ ਦੋਨਾਂ ਨੇ ਤੰਦੂਰ 'ਤੇ ਰੋਟੀਆਂ ਪਕਾਈਆਂ ਅਤੇ ਠਾਰੂਆਂ ਨੇ 8-8 ਰੋਟੀਆਂ ਖਾਧੀਆਂ। ਇਹਨਾਂ ਦੀ ਖੁਰਾਕ ਬਹੁਤ ਹੈ ਠਾਰੂਆਂ ਦੀ, ਤਾਂ ਪਿੱਪਲਾਂ ਨਾਲ ਤਾਂ ਡੇਰਾ ਭਰ ਗਿਆ ਬਾਈ, ਥਾਈ ਨਾ ਖੜ ਨੂੰ। ਮੈਂ ਆਪਣੇ ਪ੍ਰਧਾਨ ਨੂੰ ਕਿਹਾ, ਗੁਰਦਿਆਰ ਨੂੰ, ਮੈਂ ਕਿਹਾ ਵੀ ਗੱਲ ਇਹ ਹੈ ਵੀ ਆਪਣੇ ਲਿਸਟ ਬਣਾ ਲਓ ਬੁੜੇ ਕਿੰਨੇ ਹੈ। ਪ੍ਰਧਾਨ ਕਹਿੰਦਾ 2 ਤਾਂ ਅਸੀਂ ਹਾਂ, ਕਹਿੰਦਾ ਗੁਰਦਿਆਲ ਕਹਿੰਦਾ 2 ਤਾਂ 2 ਬੁੜੇ ਤਾਂ ਅਸੀਂ ਹਾਂ, ਬਾਕੀ ਕਈਆਂ ਦੇ ਨਾਂ ਲਿਖਾ ਤੇ, ਕਿਹਦੇ ਕੰਮ ਕੀ ਹੈ, ਨਾਂ ਕਿਉਂ ਲਿਖਾਏ ਆ? ਮੈਂ ਕਿਹਾ ਲੱਕੜਾਂ ਆਪਣੀਆਂ ਲੈ ਜਾਓ ਭਾਈ, ਮੈਂ ਕਿਹਾ ਆਹ ਲੱਕੜਾਂ ਲੈ ਜਾਓ ਆਪਣੀਆਂ, ਆ ਕੇ ਤਾਂ ਗਿੱਲੀਆਂ। ਮੈਂ ਕਿਹਾ ਤੁਸੀਂ ਕਿਹੜਾ ਹੁਣੇ ਮਰਨ ਲੱਗੇ ਹੋ, ਅੱਜ 1-2 ਸਾਲ ਕੱਢੋਗੇ।
ਤਾਂ ਇਸ ਤਰ੍ਹਾਂ ਚੱਲਦਾ ਸੀ। ਬਲਵਿੰਦਰ ਨੂੰ ਬੁਲਾਇਆ, ਨੇੜੇ ਨਾ ਆਵੇ, ਕਹਿੰਦੇ ਭਰਾਵਾ ਇੱਥੇ ਤਾਂ ਦਿਨੇ ਦੀਵਾ ਜਗਦਾ, ਕਹਿੰਦਾ ਇੱਥੇ ਤਾਂ ਦਿਨੇ ਦੀਵਾ ਜਗਦਾ, ਮੈਂ ਨਹੀਂ ਆਉਂਦਾ ਕਹਿੰਦਾ। ਹਾਂ, ਦੋਨੇ ਪਿੱਪਲ ਪੱਟ ਕੇ ਇੱਥੇ ਲਿਆਂਦੇ ਅਤੇ ਬਾਬੇ ਦੀ ਮਿਹਰ ਸੀਗੀ। ਇਸੇ ਤਰ੍ਹਾਂ ਸੰਤੋਖ ਜੀ ਗਹਿਲੇ ਵਾਲੇ ਇੱਕ ਪਿੱਪਲ ਸੀਗਾ, ਜਿਵੇਂ ਇਹ ਸੈਂਟਰ ਦੇ ਵਿਚਾਲੇ ਇੱਕ ਜੰਡ ਸੀ, ਇੱਧਰ ਤਾਂ ਕੰਧ ਸੀ, ਇੱਧਰ ਡੇਰਾ, ਜੇ ਐਂ ਦੀ ਟਪਾਉਂਦੇ ਆ ਕੰਧ 'ਚ ਵੱਜਦੀ ਹੈ ਟਰਾਲੀ, ਇੱਧਰ ਲਿਜਾਂਦੇ ਆ ਤਾਂ ਡੇਰੇ 'ਚ ਵੱਜਦੀ ਹੈ। ਸਾਰਾ ਪਿੰਡ ਦੁਖੀ, ਪਰ ਸਾਰਾ ਪਿੰਡ ਉਸ ਨੂੰ ਮੰਨਦਾ ਸੀ। ਉਹ ਜਿਹੜਾ ਜੰਡ ਸੀ ਨਾ, ਉਹ ਬਾਗੜੀ ਲੋਕ ਉਹਨੂੰ ਖੇਤ ਪਾਲਦਾ ਕਹਿੰਦੇ ਸੰਤੋਖ ਜੀ, ਇੱਧਰ ਨਹੀਂ ਲੋਕ ਮੰਨਦੇ। ਅਤੇ ਬਾਬਾ ਜੀ ਕੋਲ ਉਹਨਾਂ ਨੇ ਸਿਫਾਰਿਸ਼ ਕੀਤੀ, ਬਾਬਾ ਜੀ ਨੇ ਸਾਨੂੰ ਭੇਜੇ। ਅਸੀਂ 5-10 ਬੰਦੇ ਗਏ, ਸਰਦੀ ਦਾ ਟਾਈਮ, ਕੱਪੜੇ ਲਪੇਟ ਰੱਖੇ, ਖੰਬਣੀਆਂ ਲਪੇਟ ਰੱਖੀਆਂ, ਤੇਲ ਪਾ ਪਾ, ਘਿਓ ਪਾ ਪਾ, ਜੰਡ ਨੂੰ ਪੋਲਾ ਕਰ ਰੱਖਿਆ, ਖੰਬਣੀਆਂ ਪੱਟੀਆਂ, ਕੱਪੜੇ ਪੱਟੇ, ਮਖਿਆਗ ਲਾ ਕੇ ਸੇਕੋ ਇਹਨੂੰ, ਜਿਉਂ ਲੱਗੇ ਪੱਟਣ ਐਨੇ ਤਾਂ ਜੀ ਭਾਨ ਨਿਕਲੀ ਸੰਤੋਖ ਜੀ। ਉਹ ਤਾਂਬੇ ਦੇ ਪੈਸੇ ਨਿਕਲੇ, ਡਬਲ ਪੈਸੇ, ਮੁੰਦਰੀ ਅਤੇ ਟਕੇ ਅਤੇ ਹੋਰ, ਜੰਡ ਪੱਟਿਆ, ਟਰਾਲੀ ਦੇ ਵਿੱਚ ਸਿੱਟ ਲਿਆ, ਸਾਰਾ ਪਿੰਡ ਸੌਖਾ ਹੋ ਗਿਆ। ਅੱਗੇ ਬਾਬਾ ਕਿਸੇ ਦੀ ਲੱਤ ਤੋੜੂਗਾ, ਮੈਂ ਬਾਬੇ ਨੂੰ ਤੁਸੀਂ ਡੇਰੇ ਲਿਜਾ ਰਹੇ ਹਾਂ, ਲੱਤ ਕਿਉਂ ਤੋੜੂਗਾ ਮੈਂ ਕਿਹਾ। ਅਤੇ ਕਿਸੇ ਦੇ ਕੁਛ ਨਹੀਂ, ਬਾਬੇ ਨੇ ਆਖਿਆ ਅਤੇ ਬਾਬਾ ਤਾਂ ਸਾਡੇ ਨਾਲ ਹੀ ਰਲ ਗਿਆ। ਅਤੇ ਇਸ ਤਰ੍ਹਾਂ ਬਾਬਾ ਜੀ ਕਰਾਉਂਦੇ ਸੀਗੇ। ਕਈ ਦਰਖਤਾਂ 'ਚੋਂ ਆਵਾਜ਼ ਆਉਂਦੀ ਸੀ, ਲੋਕ ਉੱਥੇ ਥੱਲੇ ਨਹੀਂ ਜਾਂਦੇ ਸੀਗੇ, ਪਰ ਬਾਬਾ ਜੀ ਨੇ ਉਹਨਾਂ ਦਾ ਆਧਾਰ ਕੀਤਾ। ਮੈਨੇਜਰ ਸਾਹਿਬ ਜੀ ਨੇ ਲਿਆਓ ਵੀ, ਬਾਬਾ ਜੀ ਨੇ ਆਧਾਰ ਕੀਤਾ, ਠੀਕ ਹੈ ਬਾਈ ਜੀ। ਉੱਧਰ ਕਿਵੇਂ ਹੈ? ਸਾਰਿਆਂ ਨੂੰ ਦੋ ਦੋ ਦੇਣੇ ਹੈ, ਠੀਕ ਹੈ। ਜੇ ਕੋਈ 3 ਖਾਵੇ ਤਾਂ ਉਹਨਾਂ ਦੀ ਮਰਜ਼ੀ ਹੈ, ਪਰ 2 ਘੱਟ ਕੋਈ ਨਾ ਦਿਓ ਕਿਸੇ ਨੂੰ। ਬਣਾ ਦਈਏ ਜੀ। ਹਾਂ, ਉੱਥੋਂ ਪਿੱਛੋਂ ਸ਼ੁਰੂ ਕਰੋ। ਸਤਿਗੁਰੂ ਤੇਰਾ ਤੇਰਾ ਹੀ ਆਸਰਾ। ਲਾ ਵੀ ਗੁਰਲਾਲ, ਤੂੰ ਵੀ ਨਾਰਾ ਲਾ। ਤੇਰਾ ਹੀ ਆਸਰਾ, ਤੇਰਾ ਹੀ ਆਸਰਾ, ਤੇਰਾ ਹੀ ਆਸਰਾ, ਤੇਰਾ ਹੀ ਆਸਰਾ। ਇਹ ਤਾਂ ਸਾਡੇ ਨਾਲ ਯਾਰ, ਇਹ ਤਾਂ ਕ੍ਰਿਕਟ ਖੇਡਿਆ ਕਰਦੇ ਸੀ, ਸਾਡੇ ਖਿਡਾਰੀ ਸੀ ਬਈ, ਮੇਰੇ ਤਾਂ ਸਾਥੀ ਸੀ, ਗੇਂਦ ਖੇਡਿਆ ਕਰਦੇ ਸੀਗੇ। ਕਹਿੰਦੇ ਬਾਬਾ ਗੇਂਦ ਕਣਕ 'ਚ ਨਾ ਜਾ ਵੜੇ, ਮੈਨੂੰ ਪਿੱਛੇ ਕਢਾ ਆਉਂਦੇ ਸੀਗੇ ਜਵਾਕ। ਕਿਉਂ ਵੀ ਅਸੀਂ ਜਵਾਕਾਂ ਦੇ ਨਾਲ ਸਾਡਾ ਬੜਾ ਪਿਆਰ ਸੀਗਾ। ਮਾਤਾ ਇੱਧਰੋਂ 5 ਕੁੜੀਆਂ ਆਇਆ ਕਰਦੀਆਂ ਸੀ ਪੜ੍ਹਨ ਵਾਸਤੇ, ਇੱਕ ਤਾਂ ਮਨਜੀਤ, 2 ਤਾਂ ਮਨਜੀਤ ਦੀਆਂ ਕੁੜੀਆਂ, ਇੱਕ ਸੁਰਜੀਤ ਦੀ ਕੁੜੀ, ਅਤੇ 2 ਉਹਨਾਂ ਦੇ ਉਹ ਰਣਜੀਤ ਸੀਗੇ, ਉਹ ਸੈਣੀਆਂ ਦੇ। ਇਹ 5 ਕੁੜੀਆਂ ਆਉਂਦੀਆਂ ਇੱਥੇ ਧੁੰਦ ਦੇ ਵਿੱਚ ਸੈਂਕਲਾਂ 'ਤੇ, ਉਹਨਾਂ ਨੂੰ ਫਿਰ ਮੈਂ ਅਲਸੀ ਦੀਆਂ ਪਿੰਨੀਆਂ ਦਿੰਦਾ, ਚਲੋ ਚਾਹ ਬਣਾ ਕੇ ਤਿਆਰ ਰੱਖਦਾ। ਰੋਜ਼ਾਨਾ ਆਉਂਦੀਆਂ, ਅਤੇ ਕੁੜੀ, ਇੱਕ ਕੁੜੀ ਉਹਨਾਂ 'ਚ ਭਾਰੀ ਬਹੁਤ ਸੀ, ਅਤੇ ਉਹ ਉੱਥੇ ਦਿੱਲੀ ਵਿਆਹ 'ਤੇ, ਰਾਣੀ ਬਾਗ। ਅਤੇ ਜਦੋਂ ਮੈਨੂੰ ਬਾਅਦ 'ਚ ਮਿਲੀ ਤਾਂ ਪਤਲੀ ਜਿਹੀ ਹੋ ਗਈ, ਮੈਂ ਕੀ ਗੱਲ ਭਾਈ? ਕਹਿੰਦੇ ਮੇਰੀ 4 ਮੰਜ਼ਿਲ 'ਤੇ ਕਹਿੰਦੇ ਮਕਾਨ ਹੈ, ਮੈਂ ਥੱਲੇ ਆਉਂਦੀ ਹਾਂ, ਜਾਂਦੀ ਹਾਂ ਥੱਲੇ ਆਉਂਦੀ ਹਾਂ, ਅਤੇ ਐਕਸਰਸਾਈਜ਼ ਨਾਲ ਹੀ ਪਤਲੀ ਹੋ ਗਈ ਦੇਖੋ। ਅਤੇ ਕੁੜੀਆਂ ਨੂੰ ਦੇਖੋ, ਲੱਡੂ 2 ਦਿਆ ਕਰਦਾ, ਚਾਹ ਤਿਆਰ ਰੱਖਦਾ ਸੀ ਇੱਥੇ ਵਿਚਾਰੀਆਂ ਵਾਸਤੇ, ਇੰਨਾ ਪਿਆਰ ਕਰਦੀਆਂ ਸੀ ਵਿਚਾਰੀਆਂ, ਛੱਡ ਗੱਲ ਦੇ। ਹਾਂਜੀ, ਹੁਣ ਅਸੀਂ ਗਏ ਸੰਤੋਖ ਜੀ, ਅਸੀਂ ਪਟਿਆਲੇ ਗਏ, ਫੋਨ ਕੀਤਾ, ਉਹ ਜਿਹੜੀ ਰਾਜਵੀਰ ਹੈ ਨਾ ਜੀ, ਮਨਜੀਤ ਦੀ ਕੁੜੀ, ਉਹ ਸਾਨੂੰ ਉੱਥੇ ਪਟਿਆਲੇ ਮਿਲੀ ਗੁਰਦੁਆਰੇ ਦੇ ਅੱਗੇ। ਪ੍ਰਾਹੁਣਾ ਸੀ, ਇੱਕ ਬੱਚਾ ਨਾਲ ਸੀਗਾ, ਫਿਰ ਉਹਨੂੰ ਪ੍ਰਸ਼ਾਦ ਪ੍ਰਸ਼ੂਦ ਦਿੱਤਾ, ਕਹਿੰਦੇ ਘਰੇ ਚਲੋ ਬਾਬਾ ਜੀ। ਮੈਂ ਕਿਹਾ ਹੁਣ ਟਾਈਮ ਘੱਟ ਆ ਸਾਡੇ ਕੋਲ, ਫਿਰ ਚੱਲਾਂਗੇ। ਅਸੀਂ ਮਿਲਣ ਵਾਸਤੇ ਉੱਥੇ ਪਟਿਆਲੇ ਗਏ ਉਸ ਕੁੜੀ ਨੂੰ।
ਬਹੁਤ ਪਿਆਰ ਸੀ ਬੱਚਿਆਂ ਨਾਲ ਵਿਚਾਰਿਆਂ ਦਾ। ਹਾਂਜੀ ਜੋ ਬੀਤੀ ਸੋ ਬੀਤੀ ਲੇਕਿਨ ਬਾਕੀ ਉਮਰ ਸੰਭਾਲੂ ਮੈਂ, ਜੋ ਬੀਤੀ ਸੋ ਬੀਤੀ ਲੇਕਿਨ ਬਾਕੀ ਉਮਰ ਸੰਭਾਲੂ ਮੈਂ, ਜੀਵਨ ਬਾਕੀ ਹੈ ਜੋ ਮੇਰਾ ਉਸਕੋ ਸਫਲ ਬਣਾ ਲੂ ਮੈਂ, ਜੀਵਨ ਬਾਕੀ ਹੈ ਜੋ ਮੇਰਾ ਉਸਕੋ ਸਫਲ ਬਣਾ ਲੂ ਮੈਂ, ਤੁਮ ਹੋ ਨਾਮ ਕੇ ਦਾਤਾ ਤੁਮਸੇ ਭੇਦ ਪਾਊ ਮੈਂ, ਤੁਮ ਹੋ ਨਾਮ ਕੇ ਦਾਤਾ ਤੁਮਸੇ ਭੇਦ ਪਾਊ ਮੈਂ, ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊ ਮੈਂ, ਸਭ ਸੁਣਤਾ ਮੇਰੀ ਕੌਣ ਹੈ ਕਿਸੇ ਸੁਣਾਊ ਮੈਂ, ਸਤਿਗੁਰ ਤੇਰੇ ਦਰ ਕੋ ਛੋੜ ਕੇ ਕਿਸ ਦਰ ਜਾਊ ਮੈਂ, ਸਭ ਸੁਣਤਾ ਮੇਰੀ ਕੌਣ ਹੈ ਕਿਸੇ ਸੁਣਾਊ ਮੈਂ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਉਹ ਸੁਣਨ ਵਾਲਾ ਆਪਣੇ ਹੁਣ ਵੀ ਨਾਲ ਹੈ, ਤੇਰਾ ਦਰ ਛੋੜ ਕੇ ਕਿਸ ਦਰ ਜਾਊ ਮੈਂ, ਸੁਣਤਾ ਮੇਰੀ ਕੌਣ ਹੈ ਕਿੱਥੇ ਸੁਣਾਊ ਮੈਂ, ਜਿਹਨੂੰ ਸੁਣਿਆ ਨਾ ਉਹ ਆਪਣੇ ਨਾਲ ਹੀ ਹੈ, ਕਿਤੇ ਬਾਹਰ ਨਹੀਂ ਕਿਤੇ ਗਿਆ ਉਹ, ਨਾ ਉਹ ਮੰਦਰਾਂ 'ਚ ਹੈ ਨਾ ਡੇਰਿਆਂ 'ਚ ਹੈ ਨਾ ਗੁਰਦੁਆਰਿਆਂ 'ਚ ਹੈ, ਉਹ 24 ਘੰਟੇ ਆਪਣੇ ਨਾਲ ਹੀ ਹੈ, ਉਹ ਸਾਡੇ ਰੋਮ ਰੋਮ ਦੇ ਵਿੱਚ ਸਮਾਇਆ ਹੋਇਆ ਹੈ। ਪਹਿਲੇ ਇਹਨੇ ਸ਼ਬਦ ਬੋਲਿਆ ਸੀਗਾ, ਮੈਂ ਗੁਨਾਹਗਾਰ ਬਖਸ਼ ਰੋਮ ਰੋਮ ਗੁਨਾਹਗਾਰ ਬਖਸ਼ੋ ਪ੍ਰਭ ਮੇਰੇ, ਅਸੀਂ ਵੈਸੇ ਤਾਂ ਰੋਮ ਰੋਮ ਦੇ ਵਿੱਚ ਹੀ ਗੁਨਾਹਗਾਰ ਹਾਂ ਆਪਾਂ ਸਾਰੇ ਹੀ, ਪਰ ਉਹ ਸਤਿਗੁਰ ਸਾਡਾ ਬੜਾ ਦਿਆਲੂ ਹੈ, ਬੜੀ ਦਇਆ ਰੱਖਦਾ ਸਾਰੇ ਜੀਵਾਂ 'ਤੇ, ਉਹਦੀ ਬੜੀ ਰਹਿਮਤ ਹੈ, ਪਰ ਸ਼ੁਕਰਾਨਾ ਕਰੋ ਉਸ ਮਾਲਕ ਦਾ, ਤੁਰਦੇ ਫਿਰਦੇ ਸੌਂਦੇ ਜਾਗਦੇ ਉਸ ਮਾਲਕ ਨੂੰ ਭੁੱਲੋ ਨਾ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਭਗਤੀ ਕਰਨ ਵਾਸਤੇ ਭੇਜਿਆ, ਦੋ ਟਾਈਮ ਉਹਦਾ ਸ਼ੁਕਰਾਨਾ ਕਰੋ, ਉਹਨੂੰ ਭੁੱਲੋ ਨਾ, ਸੌਂਦੇ ਟਾਈਮ 5-10 ਮਿੰਟ ਜ਼ਰੂਰ ਹਾਜ਼ਰੀ ਲਵਾਓ, ਬੇਨਤੀ ਕਰੋ, ਸਾਰਾ ਦਿਨ ਆਪਾਂ ਦੁਨੀਆ ਦੇ ਕੰਮ ਕਰਦੇ ਹਾਂ, ਸ਼ਾਮ ਨੂੰ ਜ਼ਰੂਰ ਬੈਠੋ ਕੁਛ ਨਾ ਕੁਛ ਦੇਰ। ਇਹ ਮੈਨੇਜਰ ਸਾਹਿਬ ਜੀ ਦੱਸਿਆ ਕਰਦੇ ਸੀ ਮੈਨੂੰ, ਕਹਿੰਦੇ 5 ਮਿੰਟ ਬੈਠੋ ਬੇਸ਼ੱਕ, ਵੀ ਸਾਰਾ ਦਿਨ ਅਸੀਂ ਦੁਨੀਆ ਦਾ ਕੰਮ ਕੀਤਾ ਬਾਬਾ, ਹੁਣ 5 ਮਿੰਟ ਉਹਦੇ ਅੱਗੇ ਬੇਨਤੀ ਕਰਿਆ ਕਰੋ। ਹੁਣ ਤਾਂ ਫਿਰ ਪ੍ਰਸ਼ਾਦ ਵੰਡ ਤਾਂ ਪਹਿਲਾਂ ਦੱਸਣਾ ਸੀਗਾ, ਕੱਲ੍ਹ ਨੂੰ ਹਿੰਦੀ ਬੋਲ ਦਾਂਗੇ, ਸਾਡੇ ਕੀ ਆਪਾਂ ਗੇਰ ਇੱਧਰ ਲਾ ਦਿਆਂਗੇ, ਆਪਾਂ ਬੈਗ ਗੇਰ ਲਾ ਦਿਆਂਗੇ, ਸਾਡੇ ਕੀ ਫਰਕ ਲੱਗਦਾ। ਅਰੇ ਆਪਨੇ ਪਹਿਲੇ ਬਤਾਨਾ ਥਾ ਯਾਰ, ਅਬ ਤੋ ਜੀਵਨ ਖਤਮ ਹੋਇਆ ਤੋ ਜੀਨੇ ਕਾ ਢੰਗ ਆਇਆ, ਬਤਾ ਕਮਾਲ ਕਰਤੀ, ਕਿਹੜਾ ਬੰਦਾ ਬੋਲਿਆ, ਕਾਸੀ ਰਾਮ ਸ਼ਰਮਾ ਚਲੋ ਕੱਲ ਕੋ ਹਿੰਦੀ ਬੋਲੇਂਗੇ। ਹਾਂ ਤਾਂ ਮੈਂ ਅਨਪੜ੍ਹ ਯਾਰ, ਹਿੰਦੀ ਪੰਜਾਬੀ ਕਿਹੜੀ ਆਉਂਦੀ ਹੈ, ਕਿਉਂ ਵੀ ਠੀਕ ਹੈ ਨਾ।